ਬਾਬਾ ਨਾਨਕ ਜੀ ਨੇ ਇੱਕ ਸਰੋਵਰ ਦੀ ਗੱਲ ਕਰਦਿਆਂ ਹੋਇਆਂ ਸਾਡੀ ਗੱਲ ਕੀਤੀ ਹੈ, ਮੇਰੀ ਗੱਲ ਕੀਤੀ ਹੈ, ਤੁਹਾਡੀ ਗੱਲ ਕੀਤੀ ਹੈ। ਲਫ਼ਜ਼ ਵਰਤਿਆ ਹੈ ਪੱਬਰ। ਪੱਬਰ ਕਿਹਾ ਜਾਂਦਾ ਹੈ ਸਰੋਵਰ ਨੂੰ। ਬਾਬਾ ਨਾਨਕ ਜੀ ਸਰੋਵਰ ਨੂੰ ਸਵਾਲ ਕਰਦੇ ਨੇ, ਪੱਬਰ ਤੂੰ ਹਰਿਆਵਲਾ, ਹੇ ਪੱਬਰ, ਹੇ ਸਰੋਵਰ, ਤੂੰ ਬੜਾ ਹਰਿਆਵਲਾ ਹੁੰਦਾ ਸੀ ਪਹਿਲਾਂ, ਭਾਵ ਵੇਖਣ ਨੂੰ ਬੜਾ ਸੋਹਣਾ ਲੱਗਦਾ ਸੀਗਾ, ਪਹਿਲਾਂ ਹਰਿਆ ਭਰਿਆ ਲੱਗਦਾ ਸੀਗਾ। ਹੁਣ ਹਰੇ ਭਰੇ ਤੋਂ ਭਾਵ ਇਹ ਨਹੀਂ ਹੈ ਕਿ ਸਰੋਵਰ ਦੇ ਵਿੱਚ ਕੋਈ ਫੁੱਲ ਬੂਟੇ ਉੱਗੇ ਹੋਏ ਸੀ, ਕੋਈ ਪੱਤੇ ਉੱਗੇ ਹੋਏ ਸੀ ਤਾਂ ਹਰਿਆ ਭਰਿਆ ਸੀ। ਇੱਕ ਕਹਿਣ ਦਾ ਅੰਦਾਜ਼ ਹੈ, ਕਾਵਿ ਭਾਸ਼ਾ ਦੇ ਵਿੱਚ ਜਦੋਂ ਗੱਲ ਕੀਤੀ ਜਾਂਦੀ ਹੈ ਤੇ ਇਸ ਤਰੀਕੇ ਦੇ ਨਾਲ ਗੱਲ ਨੂੰ ਪੇਸ਼ ਕੀਤਾ ਜਾਂਦਾ ਹੈ। ਪੱਬਰ ਤੂੰ ਹਰਿਆਵਲਾ, ਹੇ ਪੱਬਰ, ਹੇ ਸਰੋਵਰ, ਤੂੰ ਪਹਿਲਾਂ ਬੜਾ ਸੋਹਣਾ ਲੱਗਦਾ ਸੀਗਾ, ਕਵਲਾਂ ਕੰਚਨ ਵਨ ਤੇ ਤੇਰੇ ਆਲੇ ਦੁਆਲੇ ਬੜੇ ਸੋਹਣੇ ਸੋਹਣੇ ਫੁੱਲ ਜਿਹੜੇ ਸੀ ਉਹ ਖਿੜੇ ਹੁੰਦੇ ਸੀ, ਤੇਰੇ ਲਾਗੇ ਛਾਗੇ ਬੜੇ ਸੋਹਣੇ ਫੁੱਲ ਖਿੜੇ ਹੁੰਦੇ ਸੀਗੇ, ਪਰ ਹੁਣ ਤੂੰ ਪਹਿਲੇ ਵਰਗਾ ਰਿਹਾ ਨਹੀਂ। ਕੈ ਦੁੱਖੜੇ ਸੜਿਓ ਏ, ਕੀ ਕਾਰਨ ਹੈ, ਕੀ ਭਾਣਾ ਵਾਪਰ ਗਿਆ ਕਿ ਤੂੰ ਹੁਣ ਸੜ ਗਿਆ ਹੈ, ਤੂੰ ਬੜਾ ਭੈੜਾ ਦਿਸਣ ਲੱਗ ਪਿਆ ਹੈ, ਬੜਾ ਬਦਸੂਰਤ ਦਿਸਣ ਲੱਗ ਪਿਆ ਹੈ। ਕਹਿ ਦੁੱਖੜੈ ਸੜਿਓ ਏ, ਕਾਲੀ ਹੋਈ ਆ ਦੇਹੁਰੀ, ਤੇਰਾ ਜਿਹੜਾ ਪੂਰਾ ਢਾਂਚਾ ਹੈ ਹੇ ਸਰੋਵਰ, ਤੇਰੀ ਜਿਹੜੀ ਇਹ ਦੇਹੁਰੀ ਹੈ, ਤੇਰਾ ਜਿਹੜਾ ਇਹ ਪੂਰਾ ਢਾਂਚਾ ਹੈ, ਇਹ ਬੜਾ ਭੈੜਾ, ਬੜਾ ਬਦਸੂਰਤ ਨਜ਼ਰ ਆ ਰਿਹਾ, ਕਾਲੀ ਹੋਈ ਆ ਦੇਹੁਰੀ, ਨਾਨਕ ਮੈਂ ਤਨ ਭੰਗ। ਹੁਣ ਸਰੋਵਰ ਨਾ ਅੱਗਿਓਂ ਜਵਾਬ ਦਿੰਦਾ, ਹੁਣ ਗੌਰ ਕਰਿਓ, ਸਰੋਵਰ ਕੋਈ ਬੋਲਦਾ ਨਹੀਂ ਹੈ, ਸਰੋਵਰ ਕੋਈ ਮਨੁੱਖ ਥੋੜ੍ਹੀ ਨਾ, ਕੋਈ ਜਾਨਵਰ ਥੋੜ੍ਹੀ ਨਾ, ਕੋਈ ਪੰਛੀ ਥੋੜ੍ਹੀ ਨਾ ਜਿਹੜਾ ਬੋਲ ਪਏਗਾ, ਸਰੋਵਰ ਬੋਲਦਾ ਨਹੀਂ ਹੈ। ਸਵਾਲ ਵੀ ਬਾਬਾ ਨਾਨਕ ਜੀ ਨੇ ਆਪ ਹੀ ਕੀਤਾ, ਜਵਾਬ ਵੀ ਉਹਨਾਂ ਨੇ ਆਪ ਹੀ ਦੇਣਾ, ਬਸ ਇੱਕ ਪੇਸ਼ਕਾਰੀ ਹੈ, ਗੱਲ ਨੂੰ ਪੇਸ਼ ਕਰਨ ਦਾ ਢੰਗ ਹੈ ਕਿ ਇੰਜ ਲੱਗੇਗਾ ਸਾਨੂੰ ਕਿ ਜਿਵੇਂ ਸਰੋਵਰ ਜਿਹੜਾ ਹੈ ਨਾ ਉਹ ਬੋਲ ਕੇ ਜਵਾਬ ਦਿੰਦਾ ਪਿਆ। ਬਾਬਾ ਨਾਨਕ ਜੀ ਦਾ ਸਵਾਲ ਹੈ, ਪੱਬਰ ਤੂੰ ਹਰਿਆਵਲਾ, ਕਵਲਾ ਕੰਚਨ ਵਨ, ਕਹਿ ਦੁੱਖੜੈ ਸੜਿਓ ਏ, ਕਾਲੀ ਹੋਈ ਆ ਦੇਹੁਰੀ, ਨਾਨਕ ਮੈਂ ਤਨ ਭੰਗ। ਸਰੋਵਰ ਪਤਾ ਕੀ ਕਹਿੰਦਾ, ਸਰੋਵਰ ਅੱਗਿਓਂ ਜਵਾਬ ਦਿੰਦਾ ਹੈ, ਉਹ ਕਹਿੰਦਾ ਹੈ ਜਾਣਾ ਪਾਣੀ ਨਾ ਲਹਾਂ। ਕਹਿੰਦੇ ਬਾਬਾ ਨਾਨਕ ਜੀ ਤੁਸੀਂ ਮੈਨੂੰ ਪੁੱਛਦੇ ਹੋ ਨਾ ਕਿ ਮੈਂ ਇੰਨਾ ਭੈੜਾ ਦਿਸਣ ਕਿਉਂ ਲੱਗ ਪਿਆ, ਮੈਂ ਇੰਨਾ ਬਦਸੂਰਤ ਕਿਉਂ ਹੋ ਗਿਆ। ਕਹਿੰਦੇ ਉਹਦੇ ਪਿੱਛੇ ਇੱਕ ਕਾਰਨ ਹੈ, ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ, ਜਿਹੜਾ ਤਾਜ਼ਾ ਪਾਣੀ ਮੈਨੂੰ ਪਿੱਛੋਂ ਦੀ ਆ ਰਿਹਾ ਸੀ ਨਾ ਕਿਸੇ ਨਦੀ ਦੇ ਵਿੱਚੋਂ, ਕਿਸੇ ਨਹਿਰ ਦੇ ਵਿੱਚੋਂ, ਕਿਸੇ ਦਰਿਆ ਦੇ ਵਿੱਚੋਂ, ਜਿਹੜਾ ਤਾਜ਼ਾ ਪਾਣੀ ਮੈਨੂੰ ਪਿੱਛੋਂ ਦੀ ਆ ਰਿਹਾ ਸੀ, ਉਸ ਤਾਜ਼ੇ ਪਾਣੀ ਦੀ ਹੁਣ ਮੈਨੂੰ ਤੋਟ ਆ ਗਈ ਹੈ, ਉਹ ਤਾਜ਼ਾ ਪਾਣੀ ਮੈਨੂੰ ਮਿਲਦਾ ਨਹੀਂ ਹੈ। ਅਤੇ ਗੌਰ ਕਰਿਓ, ਤਾਜ਼ੇ ਪਾਣੀ ਦੀ ਆ ਜਾਵੇ ਤੋਟ ਤਾਂ ਜਿੰਨਾ ਕੁ ਉੱਥੇ ਪਾਣੀ ਖੜ੍ਹਾ ਹੋਵੇਗਾ ਉਹ ਕੀ ਹੋਵੇਗਾ। ਆਮ ਹੀ ਆਪਾਂ ਵੇਖਦੇ ਹਾਂ ਨਾ, ਇੱਕ ਜਗ੍ਹਾ ਪਾਣੀ ਖਲੋਤਾ ਰਹੇ ਅਤੇ ਕਈ ਚਿਰ ਖਲੋਤਾ ਰਹੇ ਅਤੇ ਉਹਦੇ ਵਿੱਚ ਕੀ ਪੈਦਾ ਹੁੰਦਾ, ਗੰਦਗੀ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ। ਹੁਣ ਗੌਰ ਕਰਿਓ, ਸਰੋਵਰ ਕੀ ਕਹਿੰਦਾ ਹੈ, ਉਹ ਕਹਿੰਦਾ ਹੈ ਜਾਣਾ ਪਾਣੀ ਨਾ ਲਹਾਂ, ਜੈ ਸੇਤੀ ਮੇਰਾ ਸੰਗ, ਜਿੱਤ ਡਿੱਠੈ ਤਨ ਪਰ ਫੁੜੈ, ਚੜ੍ਹੈ ਚਵੱਗਣ ਵੰਨ। ਕਹਿੰਦੇ ਉਹ ਤਾਜ਼ਾ ਪਾਣੀ ਮੈਨੂੰ ਮਿਲਦਾ ਰਹਿੰਦਾ ਸੀਗਾ ਅਤੇ ਉਹਦੇ ਕਰਕੇ ਨਾ ਮੈਂ ਬੜਾ ਵਧੀਆ ਲੱਗਦਾ ਸੀਗਾ, ਮੈਂ ਬਹੁਤ ਖੂਬਸੂਰਤ ਲੱਗਦਾ ਸੀ, ਹਰਿਆ ਭਰਿਆ ਲੱਗਦਾ ਸੀ, ਲੋਕ ਮੈਨੂੰ ਵੇਖਦੇ ਸੀ ਅਤੇ ਆਸ਼ਸ਼ ਕਰ ਉੱਠਦੇ ਸੀਗੇ, ਮੈਂ ਬੜਾ ਸੋਹਣਾ ਹੁੰਦਾ ਸੀਗਾ, ਪਰ ਜਦੋਂ ਹੁਣ ਤਾਜ਼ੇ ਪਾਣੀ ਦੀ ਤੋਟ ਆ ਗਈ ਹੈ ਅਤੇ ਤਾਂ ਮੇਰਾ ਹਾਲ ਐਸਾ ਬਣ ਗਿਆ ਹੈ, ਜਿਹੜੇ ਲਾਗੇ ਛਾਗੇ ਫੁੱਲ ਵੀ ਖਿੜੇ ਹੁੰਦੇ ਸੀਗੇ ਉਹ ਵੀ ਸਭ ਮੁਰਝਾ ਗਏ ਨੇ ਅਤੇ ਹੁਣ ਮੈਂ ਇਸ ਕਰਕੇ ਬਹੁਤ ਭੈੜਾ ਦਿਸਣ ਲੱਗ ਪਿਆ ਹਾਂ। ਹੁਣ ਗੌਰ ਕਰਿਓ, ਗੁਰਬਾਣੀ ਦੇ ਵਿੱਚ ਬਾਬਾ ਨਾਨਕ ਜੀ ਨੇ ਕੋਈ ਕਹਾਣੀਆਂ ਨਹੀਂ ਸੁਣਾਈਆਂ ਸਾਨੂੰ। ਹੁਣ ਦੱਸੋ ਇਹਦੇ ਵਿੱਚੋਂ ਜੇ ਤਾਂ ਇੱਥੇ ਰੁਕ ਜਾਈਏ ਤਾਂ ਸਾਨੂੰ ਸਿੱਖਣ ਨੂੰ ਕੀ ਮਿਲਿਆ।
ਗੱਲ ਤਾਂ ਸਰੋਵਰ ਦੀ ਹੋਈ ਹੈ, ਸਾਨੂੰ ਕੀ ਸਿੱਖਣ ਨੂੰ ਮਿਲਿਆ? ਅਸਲ ਦੇ ਵਿੱਚ ਸਰੋਵਰ ਦੀ ਐਗਜ਼ਾਮਪਲ ਲਈ ਗਈ ਹੈ, ਗੱਲ ਮੇਰੀ ਕੀਤੀ ਗਈ ਹੈ, ਗੱਲ ਤੁਹਾਡੀ ਸਾਰਿਆਂ ਦੀ ਕੀਤੀ ਗਈ ਹੈ। ਸਰੋਵਰ ਕੌਣ ਹੈ? ਗੌਰ ਕਰਿਓ, ਸਰੋਵਰ ਕੌਣ ਹੈ? ਸਰੋਵਰ ਹਾਂ ਮੈਂ, ਸਰੋਵਰ ਹਾਂ ਮੈਂ। ਸਾਰੇ ਜਣੇ ਆਪਣੇ ਉੱਤੇ ਲਾ ਕੇ ਇਸ ਗੱਲ ਨੂੰ ਵੇਖਿਓ, ਸਰੋਵਰ ਹਾਂ ਮੈਂ। ਤਾਜ਼ਾ ਪਾਣੀ ਕੀ ਹੈ? ਤਾਜ਼ਾ ਪਾਣੀ ਹੈ ਸੱਚਾ ਗਿਆਨ, ਤਾਜ਼ਾ ਪਾਣੀ ਹੈ ਚੰਗੇ ਗੁਣ, ਸਤ, ਸੰਤੋਖ, ਦਇਆ, ਧੀਰਜ, ਇਮਾਨਦਾਰੀ। ਇਹ ਕੀ ਹੈ? ਇਹ ਹੈ ਤਾਜ਼ਾ ਪਾਣੀ। ਸੱਚਾ ਗਿਆਨ, ਇਹ ਕੀ ਹੈ? ਇਹ ਹੈ ਤਾਜ਼ਾ ਪਾਣੀ। ਜਦੋਂ ਤੱਕ ਤਾਂ ਮਨੁੱਖ ਦੀ ਸਾਂਝ, ਜਦੋਂ ਤੱਕ ਮੇਰੀ ਸਾਂਝ ਚੰਗੇ ਗੁਣਾਂ ਦੇ ਨਾਲ ਪਈ ਰਹੇ, ਜਦੋਂ ਤੱਕ ਮੇਰੀ ਸਾਂਝ ਗੁਣਾਂ ਦੇ ਨਾਲ, ਸੱਚੇ ਗਿਆਨ ਦੇ ਨਾਲ ਪਈ ਰਹੇ, ਹੋਏਗਾ ਕੀ? ਜਿਵੇਂ ਉਹ ਸਰੋਵਰ ਹਰਿਆ ਭਰਿਆ ਸੀ ਨਾ, ਤਦ ਤੱਕ ਮੈਂ ਵੀ ਮਨ ਕਰਕੇ ਹਰਿਆ ਭਰਿਆ ਰਵਾਂਗਾ, ਭਾਵ ਮਨ ਕਰਕੇ ਬੜਾ ਖੁਸ਼ ਰਵਾਂਗਾ, ਚੜ੍ਹਦੀ ਕਲਾ ਦੇ ਵਿੱਚ ਰਵਾਂਗਾ, ਖੇੜੇ ਦੇ ਵਿੱਚ ਰਵਾਂਗਾ। ਨਾਨਕ ਭਗਤਾਂ ਸਦਾ ਵਿਗਾਸ ਵਾਲੀ ਅਵਸਥਾ ਜਿਹੜੀ ਹੈ ਉਹ ਬਣੀ ਰਹੇਗੀ, ਪਰ ਜਦੋਂ ਚੰਗੇ ਗੁਣਾਂ ਦੇ ਨਾਲੋਂ ਨਾਤਾ ਟੁੱਟਦਾ ਹੈ, ਸੰਤੋਖ ਦੇ ਨਾਲੋਂ, ਦਇਆ ਦੇ ਨਾਲੋਂ, ਧੀਰਜ ਦੇ ਨਾਲੋਂ, ਇਮਾਨਦਾਰੀ ਦੇ ਨਾਲੋਂ, ਸੱਚੇ ਗਿਆਨ ਦੇ ਨਾਲੋਂ ਜਦੋਂ ਨਾਤਾ ਟੁੱਟਦਾ ਹੈ, ਤਾਂ ਜਿਹੜਾ ਹਾਲ ਸਰੋਵਰ ਦਾ ਹੋਇਆ ਨਾ, ਉਹ ਸੜ ਗਿਆ, ਭੈੜਾ ਦਿਸਣ ਲੱਗ ਪਿਆ, ਸੇਮ ਟੂ ਸੇਮ ਬੰਦੇ ਦਾ ਹਾਲ ਵੀ ਕੁਝ ਇਸੇ ਤਰ੍ਹਾਂ ਦਾ ਬਣ ਜਾਂਦਾ ਹੈ। ਸਰੀਰ ਕਰਕੇ ਭੈੜਾ ਨਹੀਂ ਦਿਸੇਗਾ, ਸਰੀਰ ਕਰਕੇ ਤਾਂ ਹੋ ਸਕਦਾ ਬਹੁਤ ਸੋਹਣਾ ਦਿਸਦਾ ਹੋਵੇ ਜਾਂ ਬਹੁਤ ਸੋਹਣੀ ਦਿਸਦੀ ਹੋਵੇ, ਗੱਲ ਚੱਲਦੀ ਪਈ ਹੈ ਮਨ ਦੀ। ਜਦੋਂ ਗੁਣਾਂ ਦੀ ਤੋਟ ਆ ਜਾਵੇ, ਸੱਚੇ ਗਿਆਨ ਦੀ ਤੋਟ ਆ ਜਾਵੇ, ਬੰਦਾ ਮਨ ਕਰਕੇ ਬੜਾ ਬਦਸੂਰਤ ਹੋ ਜਾਂਦਾ ਹੈ, ਮਨ ਕਰਕੇ ਬੜਾ ਭੈੜਾ ਦਿਸਣ ਲੱਗ ਪੈਂਦਾ ਹੈ, ਬੜਾ ਕਰੂਪ ਦਿਸਣ ਲੱਗ ਪੈਂਦਾ ਹੈ। ਤਾਂਹੀਓ ਤਾਂ ਗੁਰਬਾਣੀ ਦੇ ਵਿੱਚ ਇਹ ਵਾਕ ਵੀ ਆਏ ਨਾ, ਮਹਿਲਾ ਪੰਜਵਾਂ ਨੇ ਜਿੱਥੇ ਇਹ ਗੱਲ ਕਹੀ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਕਹਿੰਦੇ ਭਾਵੇਂ ਅਤ ਦਾ ਸੋਹਣਾ ਕਿਉਂ ਨਾ ਹੋਵੇ, ਅਤ ਦੀ ਸੋਹਣੀ ਕਿਉਂ ਨਾ ਹੋਵੇ, ਅਤ ਸੁੰਦਰ ਕੁਲੀਨ ਚਤੁਰ ਮੁੱਖ ਗਿਆਨੀ ਧਨਵੰਤ। ਪਰ ਅਗਲੀ ਗੱਲ ਨਾਲ ਕਹੀ ਸੀ, ਮ੍ਰਿਤਕ ਕਹੀਐ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ। ਕਹਿੰਦੇ ਪਰ ਉਸ ਨੂੰ ਮ੍ਰਿਤਕ ਹੀ ਕਿਹਾ ਜਾਏਗਾ, ਬੇਸ਼ੱਕ ਬਾਹਰੋਂ ਬੜਾ ਸੋਹਣਾ ਹੈ, ਉਹਦੇ ਕੋਲ ਧਨ ਵੀ ਬਹੁਤ ਹੈ, ਗਿਆਨ ਵੀ ਵਾਧੂ ਹੈ, ਬੜੀਆਂ ਚਲਾਕੀਆਂ ਵੀ ਕਰ ਲੈਂਦਾ ਹੈ, ਆਪਣੇ ਆਪ ਨੂੰ ਉੱਚੀ ਜਾਤ ਦਾ ਵੀ ਅਖਵਾਉਂਦਾ ਹੈ, ਪਰ ਜੇ ਉਹਦੇ ਪੱਲੇ ਚੰਗੇ ਗੁਣ ਨਹੀਂ, ਜੇ ਉਹਦੇ ਪੱਲੇ ਸੱਚ ਦੀ ਵਿਚਾਰ ਨਹੀਂ, ਜੇ ਉਹਦੇ ਪੱਲੇ ਸੱਚਾ ਗਿਆਨ ਨਹੀਂ, ਤਾਂ ਇਹ ਗੱਲ ਕਹਿਣੀ ਪਏਗੀ ਮ੍ਰਿਤਕ ਕਹੀ ਹੈ ਨਾਨਕਾ। ਉਹ ਮ੍ਰਿਤਕ ਦੇ ਸਮਾਨ ਹੈ, ਉਹ ਮਰੇ ਹੋਏ ਦੇ ਸਮਾਨ ਹੈ, ਆਤਮਕ ਤੌਰ ਦੇ ਉੱਤੇ ਡੈੱਡ ਹੋਇਆ ਪਿਆ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਵਿਸਰ ਗਿਆ ਨਾ ਸੱਚ, ਵਿਸਰ ਗਿਆ ਸੱਚਾ ਗਿਆਨ, ਵਿਸਰ ਗਏ ਚੰਗੇ ਗੁਣ, ਸੰਤੋਖ ਵਿਸਰ ਗਿਆ, ਤ੍ਰਿਸ਼ਨਾ ਆ ਗਈ ਹੈ, ਇਮਾਨਦਾਰੀ ਵਿਸਰ ਗਈ ਹੈ, ਬੇਈਮਾਨੀ ਆ ਗਈ ਹੈ। ਜਦੋਂ ਗੁਣ ਵਿਸਰਦੇ ਨੇ, ਵਿਸਰੇ ਮਰ ਜਾਓ, ਉਸ ਸਮੇਂ ਬੰਦਾ ਅੰਦਰੋਂ ਦੀ ਮਨ ਕਰਕੇ ਡੈੱਡ ਹੋ ਜਾਂਦਾ ਹੈ, ਸਰੀਰ ਕਰਕੇ ਤੁਰਿਆ ਫਿਰਦਾ ਹੈ, ਪਰ ਇੰਜ ਕਹਿ ਲਓ ਕਿ ਤੁਰਦੀ ਫਿਰਦੀ ਲਾਸ਼ ਹੈ, ਕਿਉਂਕਿ ਅੰਦਰੋਂ ਤਾਂ ਮਰਿਆ ਹੋਇਆ। ਮ੍ਰਿਤਕ ਕਹੀਐ ਨਾਨਕਾ ਜਿਹੇ ਪ੍ਰੀਤ ਨਹੀਂ ਭਗਵੰਤ। ਜਿਸ ਨੇ ਭਗਵੰਤ ਦੇ ਨਾਲ ਪ੍ਰੀਤ ਨਹੀਂ ਪਾਈ, ਕਹਿੰਦੇ ਉਹ ਮ੍ਰਿਤਕ ਦੇ ਸਮਾਨ ਹੈ, ਭਾਵ ਜਿਹਨੇ ਗੁਣਾਂ ਦੇ ਨਾਲ ਪ੍ਰੀਤ ਨਹੀਂ ਪਾਈ, ਜਿਹਨੇ ਸੱਚੇ ਗਿਆਨ ਦੇ ਨਾਲ ਪ੍ਰੀਤ ਨਹੀਂ ਪਾਈ, ਜਿਸ ਨੇ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਆਪਣੇ ਆਪ ਨੂੰ ਸਹੀ ਪਾਸੇ ਨੂੰ ਨਹੀਂ ਨਾ ਤੋਰਿਆ, ਉਹ ਮਰੇ ਹੋਏ ਦੇ ਸਮਾਨ ਹੈ। ਉਹਨੂੰ ਤੁਸੀਂ ਮ੍ਰਿਤਕ ਕਹਿ ਲਓ, ਉਹਨੂੰ ਤੁਸੀਂ ਮੁਰਦਾ ਕਹਿ ਲਓ, ਜੋ ਮਰਜ਼ੀ ਕਹਿ ਲਓ, ਬਸ ਗੱਲ ਇੰਨੀ ਕਹਿ ਕਿ ਇਹ ਜਿਹੜਾ ਮੁਰਦਾ ਹੈ ਨਾ, ਇਹ ਤੁਰਦਾ ਫਿਰਦਾ ਮੁਰਦਾ ਹੈ, ਇਹ ਰੋਜ਼ਾਨਾ ਕੰਮ 'ਤੇ ਜਾਂਦਾ ਹੈ, ਇਹ ਰੋਜ਼ਾਨਾ ਆਪਣੇ ਘਰ ਆਪਣੇ ਬੱਚਿਆਂ ਦੇ ਲਾਗੇ ਬਹਿੰਦਾ ਹੈ, ਇਹ ਰੋਜ਼ਾਨਾ ਤੁਰਿਆ ਫਿਰਦਾ ਹੈ, ਇਹ ਰੋਜ਼ਾਨਾ ਦੁਕਾਨ 'ਤੇ ਜਾਂਦਾ ਹੈ, ਇਹ ਮੌਲ ਵੀ ਚਲਿਆ ਜਾਂਦਾ ਹੈ, ਇਹ ਘੁੰਮਦਾ ਫਿਰਦਾ ਮੁਰਦਾ, ਬਸ ਫਰਕ ਇੰਨਾ ਕੁ ਹੈ। ਸੱਚ ਕਰਕੇ ਜਾਣਿਓ ਅੱਜ ਹਾਲਾਤ ਪਤਾ ਕੀ ਨੇ, ਜਿਹੜੀ ਗੱਲ ਵੀਰ ਜੀ ਕਰਦੇ ਪਏ ਸੀਗੇ, ਅੱਜ ਬਹੁਤੇ ਮੇਰੇ ਵਰਗੇ ਨਾ ਮੁਰਦੇ ਹੀ ਤੁਰੇ ਫਿਰਦੇ ਨੇ, ਮੁਰਦੇ ਹੀ ਤੁਰੇ ਫਿਰਦੇ ਨੇ। ਕਿਉਂ ਮੁਰਦੇ ਨੇ? ਕਾਰਨ ਪਤਾ ਕੀ ਹੈ? ਸੱਚਾ ਗਿਆਨ ਪੱਲੇ ਨਹੀਂ ਹੈਗਾ, ਇਸ ਕਰਕੇ ਮੁਰਦੇ ਨੇ। ਲੌਜਿਕ ਪੱਲੇ ਨਹੀਂ ਹੈਗਾ, ਇਸ ਕਰਕੇ ਮੁਰਦੇ ਨੇ। ਆਪਣੀ ਕਾਮਨ ਸੈਂਸ ਦੀ ਵਰਤੋਂ ਕਰਨ ਵਾਸਤੇ ਤਿਆਰ ਨਹੀਂ, ਇਸ ਕਰਕੇ ਮੁਰਦੇ ਨੇ। ਜਿਨ੍ਹਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੈ, ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ,
ਤਾਂ ਕਿ ਇਹ ਮੈਸੇਜ ਜਿਹੜਾ ਹੈ ਉਹ ਦੂਰ ਦੂਰ ਤੱਕ ਜਾ ਸਕੇ। ਜਿਨ੍ਹਾਂ ਵੀਰਾਂ ਭੈਣਾਂ ਨੇ ਹਜੇ ਤੱਕ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਜ਼ਰੂਰ ਦਬਾ ਦਿਓ ਅਤੇ ਆਲ 'ਤੇ ਜ਼ਰੂਰ ਕਲਿੱਕ ਕਰਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਉਸਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਜਿਨ੍ਹਾਂ ਨੇ ਅਜੇ ਤੱਕ ਮੈਨੂੰ ਫੇਸਬੁੱਕ 'ਤੇ ਫੋਲੋ ਨਹੀਂ ਕੀਤਾ, ਬਲਜੀਤ ਸਿੰਘ ਦਿੱਲੀ ਦੇ ਨਾਂ 'ਤੇ ਮੇਰਾ ਫੇਸਬੁੱਕ ਪੇਜ ਹੈ, ਉੱਥੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਮੇਰੇ ਪੇਜ ਨੂੰ ਲਾਈਕ ਕਰ ਦਿਓ, ਨਿਊ ਅਪਡੇਟਸ ਤੁਹਾਡੇ ਤੱਕ ਪਹੁੰਚ ਜਾਣਗੀਆਂ। ਧੰਨਵਾਦ।